ਮੈਂ ਬੀਰਦਵਿੰਦਰ ਸਿੰਘ ਮੇਰਾ ਨਾਮ ਹੈ ਜੀ। ਮੈਂ ਮਾਡਲ ਟਾਊਨ ਨਾਲ ਛੋਟੀ ਜੀ ਪਰੌਂਠਿਆਂ ਦੀ ਕਾਟ ਲਾਉਂਦਾ, ਫੁੱਲ ਲਾਈਟ ਜੀ, ਦੇਸੀ ਘਿਓ ਦੇ ਪਰੌਂਠੇ। ਉੱਥੇ ਜੀ ਪਰਸੋਂ ਮੇਰੇ ਕੋਲ ਕਪਿਲ ਸ਼ਰਮਾ ਜੀ, ਕਮੇਡੀਅਨ ਜਿਹੜੇ ਹੈ ਜੀ, ਵਿਦ ਆਪਣੀ ਸਾਰੀ ਫੈਮਲੀ ਨਾਲ ਆਏ, ਤਿੰਨ ਚਾਰ ਪੰਜ ਕਾਰਾਂ ਸਨ ਮੈਡਮ। ਅਤੇ ਉਸ ਤੋਂ ਅਗਲੇ ਦਿਨ ਹੀ ਮੇਰਾ ਰੂਟੀਨ ਵਾਈਜ਼ ਕੰਮ ਚੱਲ ਰਿਹਾ ਸੀ ਪਿਛਲੇ ਤਕਰੀਬਨ 3 ਕੁ ਮਹੀਨੇ ਤੋਂ। ਬਹੁਤ ਕਿਰਪਾ ਸੀ ਵਾਹਿਗੁਰੂ ਜੀ, ਤੁਹਾਡੇ ਸਾਰਿਆਂ ਦੀ ਅਸ਼ੀਰਵਾਦਾਂ ਸੀ ਜੀ। ਮੇਰੇ ਕੋਲ ਅਗਲੇ ਦਿਨ 12:15 ਵਜੇ, ਤਕਰੀਬਨ 12:15 12:30 ਵਜੇ SHO ਸਾਹਿਬ ਅਜੈਬ ਸਿੰਘ ਜੀ ਮੇਰੇ 'ਤੇ ਕੇਸ ਦਰਜ ਕਰਦੇ ਨੇ। ਔਰ ਮੇਰੇ 'ਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜਿਹੜੀ ਤਸ਼ੱਦਦ ਕੀਤੀ ਹੈ ਜੀ, ਮੇਰੇ ਨਾਲ ਜਿਹੜੀ ਮਾਰਕੁੱਟ ਕੀਤੀ ਬੰਦ ਕਮਰੇ 'ਚ, ਉਹ ਮੇਰੇ ਨਾਲ ਬਹੁਤ ਗਲਤ ਕੀਤਾ ਜੀ। ਭਾਜੀ ਕੇਸ ਕਿਉਂ ਸੀ, ਕਿਉਂ ਕੀਤਾ, ਬਿਨਾਂ ਮਤਲਬ ਤੋਂ ਮੈਡਮ। ਜੇ ਕੇਸ ਦਰਜ, ਜੇ ਮੈਂ ਟਾਈਮਿੰਗ ਦੀ ਕੋਈ, ਕਮਿਸ਼ਨਰ ਸਾਹਿਬ ਦੀ ਟਾਈਮਿੰਗ ਦੀ ਉਲੰਘਣਾ ਕੋਈ ਕੀਤੀ ਹੈ, ਉਹ ਮੇਰੇ 'ਤੇ ਕੇਸ ਕੀਤਾ ਜਾਵੇ ਕੋਈ ਨਹੀਂ ਹੈ ਜੀ। ਵੈਸੇ ਇੱਕ ਛੋਟਾ ਜਿਹਾ ਪਰੌਂਠੇ ਰਾਤ ਕੋਈ ਮਿਹਨਤ ਕਰਦਾ ਹੈ, ਉਹਨੂੰ ਮਿਹਨਤ ਨਹੀਂ ਕੀਤੀ ਕਰਨ ਦੀ ਮਤਲਬ ਮਿਹਨਤ ਨਹੀਂ ਕਰ ਸਕਦਾ ਜੀ। ਮਾਡਲ ਟਾਊਨ ਕਿੱਥੇ ਕਰਕੇ? ਮਾਡਲ ਟਾਊਨ ਸੰਜੇ ਕਰਾਟੇ ਦੇ ਕੋਲ। ਕੇਸ ਕਿਸ ਬਿਹਾਫ ਤੇ ਕੀਤਾ ਗਿਆ ਤੁਹਾਡੇ? ਕੇਸ ਬਸ ਉਦਾਂ ਜੀ, ਹੋਰ ਕਿਤੇ ਧੱਕਾ ਚੱਲਦਾ ਨਹੀਂ ਹੈ ਜੀ, ਗਰੀਬ ਤੇ ਧੱਕਾ ਚੱਲਦਾ, ਉਹ ਕਰ ਰਹੇ ਨੇ। ਗੱਲ ਨਹੀਂ ਸਮਝੇ ਤੁਸੀਂ, ਥੋੜਾ ਕਲੀਅਰ ਕਰੋ ਕਿ ਕੀ ਕਾਰਨ ਰਹੇ ਜਿਹੜਾ ਉਹਨਾਂ ਨੇ। ਕੁਛ ਨਹੀਂ, ਮਿਹਨਤ ਕਰ ਰਿਹਾ ਜੀ ਹਾਂਜੀ, ਕਹਿੰਦੇ ਕੋਈ ਕਪਿਲ ਸ਼ਰਮਾ ਆ ਗਿਆ, ਮਿਹਨਤ ਕਰ ਰਿਹਾ, ਉੱਠ ਰਿਹਾ, ਆਪਾਂ ਉੱਠਣ ਨਹੀਂ ਦੇਣਾ ਕਿਸੇ ਨੂੰ ਜੀ। ਫਿਰ ਇਸ ਦੇ ਰਿਲੇਟਡ ਉਹਦੇ ਅਜੈਬ ਸਿੰਘ ਦੇ ਇਲਾਕੇ 'ਚ ਇੰਨਾ ਮਾੜੇ ਕੰਮ ਚੱਲ ਰਹੇ ਨੇ ਹਾਂਜੀ, ਉਹ ਨਹੀਂ ਦਿਖਦੇ ਉਹਨੂੰ, ਕਿਉਂਕਿ ਉੱਥੇ ਪੈਸੇ ਪਹੁੰਚ ਜਾਂਦੇ ਨੇ। ਕਿਹੜੇ ਮਾੜੇ ਕੰਮ ਚੱਲ? ਮਾੜੇ ਕੰਮ ਸਭ ਨੂੰ ਪਤਾ ਜੀ, ਮਸਾਜ ਸੈਂਟਰ ਨਹੀਂ ਚੱਲ ਰਹੇ ਹਾਂਜੀ, ਸੱਟਾਬਾਜੀ ਨਹੀਂ ਚੱਲ ਰਹੀ ਹੈ, ਕੋਈ ਹੋਰ ਵੀ ਜੂਆ ਨਹੀਂ ਚੱਲ ਰਹੀ ਹੈ, ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲ ਰਹੇ, ਸਭ ਕੁਝ ਚੱਲਦਾ ਪਿਆ ਜੀ, ਸਭ ਨੂੰ ਸਭ ਪਤਾ ਜੀ। ਤੁਹਾਡੇ ਨਾਲ ਇੱਕ ਵਾਰੀ ਆ ਕੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼? ਕੋਈ ਕੋਸ਼ਿਸ਼ ਨਹੀਂ, ਸਿੱਧਾ ਆ ਕੇ ਮੈਨੂੰ ਕਿਹਾ 3 ਮਿੰਟ 'ਚ ਬੰਦ ਕਰ ਲਿਆ ਭਾਈ, ਇਹਨੇ ਤਾਂ ਤੇਰੇ 'ਤੇ ਕੇਸ ਦਰਜ ਹੋਣਾ ਜੀ। ਆਉਂਦੇ ਹੀ ਉਹਨੇ ਮਾਰਪੀਟ ਸਟਾਰਟ ਕਰਤੀ, 20-25-30 ਜਾਣੇ ਆਏ ਨੇ ਮੇਰੇ ਕੋਲ ਹਾਂਜੀ, ਥਾਣੇ ਲਿਜਾ ਕੇ ਉਹਨੇ। ਕਿਸ ਸਮੇਂ ਆਉਂਦੇ ਨੇ ਉਹ ਵਿਅਕਤੀ ਤੇ ਕਦੋਂ ਕਦੋਂ ਤੁਹਾਡੇ ਨਾਲ? 12:15 12:30, ਮੈਨੂੰ ਟਾਈਮਿੰਗ ਐਗਜ਼ੈਕਟ ਨਹੀਂ ਪਤਾ ਜੀ। ਜੀ ਰਾਤ ਨੂੰ ਮਿਲੇ? ਹਾਂਜੀ ਰਾਤ ਦੇ ਸਮੇਂ। ਹਾਂਜੀ ਹਾਂਜੀ ਠੀਕ ਹੈ। ਨਹੀਂ ਦੇਖੋ ਜੀ, ਉਹ ਪੁਲਿਸ ਅਫਸਰ ਜੇ ਟਾਈਮ ਹੀ ਨਾ ਦੇਣ ਬੰਦੇ ਨੂੰ, 30 ਬੰਦੇ, ਇੱਕ ਬੰਦਾ ਇਕੱਲਾ ਕੀ ਕਰੇਗਾ ਜੀ 30 ਬੰਦੇ ਅੱਗੇ। ਅੱਛਾ, ਜਦੋਂ ਪਹੁੰਚਦੇ ਨੇ ਉੱਥੇ ਫੇਰ ਕੀ ਕੀ ਗੱਲਬਾਤ ਸ਼ੁਰੂ ਕਿੱਦਾਂ ਹੁੰਦੀ ਹੈ? ਸ਼ੁਰੂ ਜੀ ਕਹਿੰਦੇ ਅੱਡਾ ਬੰਦ ਕਰ ਦਿਓ ਜੀ। ਮੈਂ ਠੀਕ ਹੈ ਜੀ, ਤੇ ਉਹਨਾਂ ਨੇ ਕਹਿਣ ਦਾ ਟਾਈਮ ਹੀ ਨਹੀਂ ਦਿੱਤਾ। ਇਨ ਦਾ ਮੀਨ ਟਾਈਮ ਇੱਕ ਅਫਸਰ ਨੇ ਮੈਨੂੰ ਗਾਲ ਕੱਢੀ, ਅਜੈਬ ਸਿੰਘ ਵੀ ਨਾਲ ਉੱਥੇ ਹੀ ਸੀਗਾ ਜੀ, ਉਹਨਾਂ ਨੇ ਗਾਲਾਂ ਕੱਢੀਆਂ ਜੀ। ਗਾਲਾਂ ਕੱਢਣ ਤੋਂ ਬਾਅਦ ਮੈਨੂੰ ਬਿਠਾਇਆ ਗੱਡੀ 'ਚ, ਮੈਂ ਬਹਿ ਗਿਆ ਜੀ, ਕੇਸ ਦਰਜ ਕੀਤਾ ਥਾਣੇ ਜਾ ਕੇ ਮੇਰੇ ਨਾਲ, ਉਹ ਹਾਲ ਸ਼ਦਤ ਪੂਰੀ ਰਾਤ ਜੀ, ਪਰਮਾਤਮਾ ਕਿਸੇ ਨਾਲ ਨਾ ਇੱਦਾਂ ਦਾ ਹੋਣ ਦਿਓ। ਤੁਹਾਡੇ ਨਾਲ ਮਾਰਕੁੱਟ ਕੀਤੀ ਗਈ? ਹਾਂਜੀ ਮਾਫ ਕੀਤੀ ਜੀ। ਉਸ ਤੋਂ ਬਾਅਦ ਕੋਈ ਤੁਸੀਂ ਸਿਵਲ ਹਸਪੀਟਲ ਜਾ ਕੇ ਕੋਈ MLR ਕਰਾਈ ਜਾਂ ਕੁਝ ਕਰਾਈ? ਮੈਂ ਨਹੀਂ ਕੁਝ, ਨਾ ਮੇਰੇ ਕੋਲ ਟਾਈਮ ਸੀ, ਮੈਂ ਉੱਥੋਂ 4:30-5 ਵਜੇ ਨਿਕਲਿਆ, ਨਾ ਮੈਨੂੰ ਕੋਈ ਹੋਸ਼ ਸੀ ਜੀ, ਜੋ ਉਹਨਾਂ ਨੇ ਮੇਰੇ ਨਾਲ ਕੀਤਾ ਨਾ ਧੱਕਾ, ਪਰਮਾਤਮਾ ਕਿਸੇ ਨਾਲ ਹੋਵੇ ਨਾ। ਤੁਸੀਂ ਇਕੱਲੇ ਉੱਥੋਂ ਜਦੋਂ ਨਿਕਲੇ ਹੋ, ਇਕੱਲੇ ਹੀ ਨਿਕਲੇ ਹੋ? ਇਕੱਲੇ ਸੀ। ਕੀ ਕੋਈ ਲੈਣਾ ਹੈ? ਅਧਿਕਾਰੀ ਦੇ ਨਾਲ ਗੱਲਬਾਤ ਕੀਤੀ? ਮੈਂ ਅਰਪੀ ਸ਼ੁਕਲਾ ਜੀ ਨਾਲ ਕੀਤੀ, ADGP ਰਹੇ ਨੇ ਆਪਣੇ ਇੱਥੇ, ਪਹਿਲੇ ਕਮਿਸ਼ਨਰ ਸਾਹਿਬ ਰਹੇ ਨੇ, ਫਿਰ IG ਰਹੇ ਨੇ, ਮੈਂ ਉਹਨਾਂ ਨੇ ਨਿਗਾਹ 'ਚ ਕੀਤਾ ਹੈ ਕੇਸ, ਕਿ ਆਪਣੇ IG ਸਾਹਿਬ ਦੀ ਵੀ, IG ਸਾਹਿਬ ਨਹੀਂ ਮਿਲੇ ਮੈਨੂੰ, ਕਮਿਸ਼ਨਰ ਸਾਹਿਬ ਦੀ ਵੀ ਨਿਗਾਹ 'ਚ ਕੀਤਾ ਜੀ। ਕੀ ਕਹਿੰਦੇ ਨੇ? ਕੁਛ ਨਹੀਂ ਜੀ, ਉਹਨਾਂ ਨੇ ਕੀ ਕਹਿਣਾ ਹੈ, ਅਫਸਰ ਕੀ ਕਹਿੰਦੇ ਹੁੰਦੇ ਜੀ, ਪਤਾ ਹੀ ਆਪਾਂ ਨੂੰ। ਭਾਜੀ ਕੋਈ CCTV ਫੁਟੇਜ ਕੋਈ ਸਾਹਮਣੇ ਆਈ? ਨਹੀਂ, ਕੋਈ ਕਟਾਉਣ ਦੀ ਕੋਸ਼ਿਸ਼ ਕੀਤੀ ਕੋਈ? ਨਹੀਂ ਮੈਡਮ, ਟਾਈਮ ਹੀ ਕਦੋਂ ਮਿਲਿਆ ਮੈਡਮ, ਕੱਲ ਰਾਤੀ ਇਹ ਸਾਰਾ ਸੀਨ ਹੋਇਆ, ਮਾਰਨਿੰਗ 7 ਵਜੇ
ਉੱਠ ਕੇ ਇੱਥੇ ਫਿਰ ਸਵੇਰ ਦੇ ਧੱਕੇ ਖਾ ਰਿਹਾ ਜਦੋਂ ਮੈਨੂੰ ਕੋਈ ਸ਼ਰਮਾ ਤੁਹਾਡੇ ਕੋਲ ਆਏ ਸੀ ਪਰਸੋਂ ਰਾਤ ਦੀ ਗੱਲ ਪਰਸੋਂ ਰਾਤ ਤਾਂ ਉੱਥੇ ਕੋਈ ਕਰਾਊਡ ਵਗੈਰਾ ਵੀ ਕੋਈ ਕਰਾਊਡ ਨਹੀਂ ਜੀ ਕੋਈ ਕਰਾਊਡ ਨਹੀਂ ਮੈਨੂੰ ਪਤਾ ਕਿ ਤੁਸੀਂ ਵਾਇਲੈਂਟ ਕੋਈ ਕੁਝ ਵੀ ਨਹੀਂ ਅੱਜ ਤੱਕ ਮੈਡਮ ਨਾ ਅਸੀਂ ਦਾਰੂ ਪੀਏ ਨਾ ਪਿਲਾਈਏ ਨਾ ਕੋਈ ਮਾੜਾ ਨਹੀਂ ਕੋਈ ਇੱਕ ਵੀ ਕਹਿ ਦੇ ਇੱਕ ਵੀ ਕੋਈ ਹੁੱਲੜਬਾਜੀ ਹੋਈ ਹੋਵੇ ਮਾੜਾ ਕੰਮ ਹੋਇਆ ਹੋਵੇ ਇੱਕ ਗੱਡੀ ਨੇ ਵੀ ਆ ਕੇ ਖੱਪ ਪਾਈ ਹੋਵੇ ਸਾਡੇ ਕੋਲ ਆ ਕੇ ਇੱਕ ਪ੍ਰੂਫ ਕਰ ਦਿਨ ਜੀ ਮੈਂ ਕਹਿੰਦਾ ਮੇਰੇ ਤੇ ਇੱਕ ਹੋਰ ਕੇਸ ਦਰਜ ਕਰ ਦਿਨ ਇਹ ਪਰੌਂਠਿਆਂ ਵਾਲੇ ਤੇ ਕੇਸ ਦਰਜ ਕਰ ਸਕਦੇ ਨੇ ਹੋਰ ਕਿਤੇ ਵੱਡੀ ਥਾਵਾਂ ਤੇ ਇਹਨਾਂ ਦਾ ਧੱਕਾ ਨਹੀਂ ਚੱਲਣਾ ਅਗਲੇ ਮਿੰਟ ਤੋਂ ਪਹਿਲੇ ਤਾਂ ਬਦਲੀਆਂ ਕਰਾ ਦਿੰਦੇ ਨੇ ਜੀ ਹੁਣ ਕੋਈ ਤੁਹਾਡੇ ਵੱਲੋਂ ਕੋਈ ਕੰਪਲੇਂਟ ਵਗੈਰਾ ਕੁਝ ਦਿੱਤੀ ਗਈ ਨਹੀਂ ਕੋਈ ਕੰਪਲੇਂਟ ਨਹੀਂ ਜੀ ਕੰਪਲੇਂਟ ਲੈਣੀ ਕਿੰਨੇ ਜੀ ਪਰੌਂਠਿਆਂ ਵਾਲੇ ਕੋ ਵੀ ਕਿਸੇ ਅਫਸਰ ਵੱਡੇ ਨੇ ਕੰਪਲੇਂਟ ਲੈਣੀ ਐਸਐਚਓ ਖਿਲਾਫ ਜਾਂ ਹੋਰ ਅਫਸਰਾਂ ਖਿਲਾਫ ਮੈਂ ਤਾਂ ਤੁਹਾਡੇ ਕੋਲ ਆਇਆ ਅੱਕ ਕੇ ਜੀ ਲਾਸ਼ ਮੈਨੂੰ ਮੇਰੀ ਭਾਬੀ ਨੇ ਕਿਹਾ ਮੇਰੇ ਭਰਾ ਨੇ ਕਿਹਾ ਅੱਕ ਕੇ ਹਜੇ ਲਾਸ਼ ਜੇ ਜਾਣਾ ਹੈ ਤੁਸੀਂ ਤੇ ਪ੍ਰੈਸ ਕਲੱਬ ਜਾਓ ਉੱਥੇ ਤੁਹਾਨੂੰ ਇਨਸਾਫ ਮਿਲਣਾ ਹੋਰ ਕਿਤੇ ਨਹੀਂ ਮਿਲ ਸਕਦਾ ਮੈਂ ਤਾਂ ਮਹਾਰਾਜ ਨੂੰ ਮੰਨਦਾ ਜੀ ਹਜੀ ਤੇ ਦੂਜਾ ਦੁਨੀਆਦਾਰੀ ਚ ਪ੍ਰੈਸ ਕਲੱਬ ਆ ਗਿਆ ਜੀ ਤੁਸੀਂ ਮੈਨੂੰ ਇਨਸਾਫ ਦਵਾ ਸਕਦੇ ਬਸ ਮੈਨੂੰ ਜਿਹੜਾ ਇਹਨਾਂ ਨੇ ਐਸਐਚਓ ਨੇ ਤੇ ਹੋਰ ਅਫਸਰਾਂ ਨੇ ਮੈਨੂੰ ਧਮਕੀ ਦਿੱਤੀ ਹੈ ਉਹ ਮੈਨੂੰ ਖਤਰਾ ਵੀ ਹੈ ਬਹੁਤ ਵੱਡਾ ਕੋਈ ਛੋਟੀ ਗੱਲ ਨਹੀਂ ਹੋਈ ਰਾਤੀ ਇੱਕ ਪਰੌਂਠੇ ਵਾਲੇ ਨੂੰ ਹੱਥ ਪਾਇਆ ਬਹੁਤ ਮਾੜਾ ਕੰਮ ਉਹਨਾਂ ਨੇ ਕੀਤਾ ਮੇਰੇ ਨਾਲ ਕੋਈ ਬੜਾ ਅੱਛਾ ਕੰਮ ਨਹੀਂ ਕੀਤਾ ਤਾਂ ਪਰੌਂਠੇ ਵੇਚ ਰਿਹਾ ਸੀ ਕੋਈ ਮਾੜਾ ਕੰਮ ਇੱਕ ਮੈਨੂੰ ਪ੍ਰੂਫ ਕਰ ਦੇਣ ਕਿ ਵੀਰ ਦਵਿੰਦਰ ਸਿੰਘ ਤੂੰ ਆਹ ਮਾੜਾ ਕੰਮ ਕੀਤਾ ਮੈਂ ਤਾਂ ਸਗੋਂ ਇੱਜ਼ਤ ਮਾਣ ਵਧਿਆ ਆਪਣੇ ਜਲੰਧਰ ਦਾ ਜੀ ਇੱਥੇ ਮੇਰੇ ਕੋਲ ਕਪਿਲ ਸ਼ਰਮਾ ਜੀ ਆਏ ਨੇ ਹਾਂਜੀ ਆਪਣੇ ਸ਼ਹਿਰ ਦਾ ਇੱਜ਼ਤ ਵਧੀ ਹੈ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਕਿਸਾ ਕੋਈ ਮਾੜਾ ਕੰਮ ਮੈਨੂੰ ਪ੍ਰੂਫ ਕਰ ਦੇਣ ਵੀਰ ਦਵਿੰਦਰ ਤੂੰ ਆਹ ਮਾੜਾ ਕੰਮ ਕੀਤਾ ਲੇਕਿਨ ਤੁਹਾਨੂੰ ਇੱਕ ਵਾਰੀ ਦੱਸ ਦਈਏ ਕਿ ਕਮਿਸ਼ਨਰ ਸਾਹਿਬ ਦੇ ਆਰਡਰ ਨੇ ਕਿ ਕੋਈ ਉਹਨਾਂ ਦਾ ਆਰਡਰ ਮੈਂ ਜਾਣੀ ਹੈ ਜੀ ਮੈਨੂੰ ਪਤਾ ਹੈ ਜੀ ਮੈਂ ਉਹਨਾਂ ਦੇ ਆਰਡਰ ਤੋਂ ਬਾਅਦ ਮੈਂ ਡੀਸੀ ਸਾਹਿਬ ਕੋ ਪੇਸ਼ ਹੋਇਆ ਰਿਕੁਐਸਟ ਕਰਨ ਲਈ ਡੀਸੀ ਸਾਹਿਬ ਨੇ ਮੈਨੂੰ ਕਿਹਾ ਬੇਟੇ ਜੀ ਲਾ ਲਓ ਉਹਨਾਂ ਕੋਲ ਰਿਟਨ ਲੈਣਾ ਚਾਹੀਦਾ ਸੀ ਨਹੀਂ ਲਿੱਤਾ ਤੇ ਅੱਜ ਇਹ ਸਭ ਕੁਝ ਹੋ ਗਿਆ ਜੀ ਜਿਹੜੇ ਅਫਸਰਾਂ ਦੇ ਜਿਨ੍ਹਾਂ ਨੇ ਮੈਨੂੰ ਹੱਥ ਪਾਇਆ ਉਹ ਕਢਵਾਉਣ ਦੀ ਮਤਲਬ ਉਹਨਾਂ ਦੀ ਇੰਨੀਆਂ ਤਨਖਾਹਾਂ ਹੈ ਮੇਰੇ ਕੋਲ ਜ਼ੀਰੋ ਹੈ ਜੀ ਮੈਂ ਰੋਡ ਤੇ ਖੜਾ ਮੇਰੇ ਕੋਲ ਕੀ ਹੋਏਗਾ ਤੁਸੀਂ ਆਪੇ ਸੋਚ ਲਓ ਜੀ ਅੱਕ ਕੇ ਮੈਂ ਇੱਥੇ ਆਇਆ ਜੀ ਬੜਾ ਮੁਸ਼ਕਿਲ ਪ੍ਰੈਸ ਕਾਨਫਰੰਸ ਕਲੱਬ ਆਇਆ ਤੁਹਾਡੇ ਕੋਲ ਉਮੀਦ ਲੈ ਕੇ ਤੇ ਮੇਰੇ ਕੋਲ ਕੋਈ ਪ੍ਰੂਫ ਵੀ ਨਹੀਂ ਹੈ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਮੈਂ ਪ੍ਰੂਫ ਕਿੱਦਾਂ ਦੇ ਸਕਦਾ ਜੀ ਦੱਸੋ ਕਿ ਮੇਰੀ ਜਗ੍ਹਾ ਕੋਈ ਵੀ ਹੋਵੋਗੇ ਕੋਈ ਪ੍ਰੂਫ ਨਹੀਂ ਦੇ ਸਕਦਾ ਜੀ ਪੁਲਿਸ ਨੇ ਲਿਜਾ ਕੇ ਇੱਥੇ ਪਿਆਰ ਤਾਂ ਮੈਨੂੰ ਕਰਨਾ ਨਹੀਂ ਜੀ ਮੇਰੀ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਜਾਂ ਮੇਰਾ ਮਹਾਰਾਜ ਜਾਣਦਾ